देव सिंह, मिस्टर अजय कुमार एंड गुड मॉर्निंग एवरीवन। ट्रैफिक रूल्स एंड रेगुलेशंस, सम सोशल मीडिया, फेसबुक, some sort of videos into WhatsApp group which are creating goosebumps on our body while we watch respective dead bodies. Those are lying along the road, those are inside the car, or those are unidentified somewhere else. You know, it is very important to follow rules and regulations which are been framed up by Indian Constitution, and day by day they are going to amend by Indian Transport Ministry. I would like to tell you, even yesterday I have shared with a few of you, the death ratio due to accident into India is a bigger one than the whole other countries. On behalf of ratio, one can say India is only country which is losing out number of human resources just because of carelessness. We can say it is one of the cause of it. Along with that drunken driving is there. While you are driving, you are using mobile phones. Number of time we are going to overspeed. Number of time we are into rush and hurry. We don't have a time management. And near about 10 to 15% time, you youngsters are going to showcase that how good you are into driving. So these all reasons are behind of it, and these all reasons are going to take you towards the door of death. Somebody was asking to one of our minister during have died due to COVID, their number is less. We Indians are very habitual to get people die into the today's accident, everyday's accident. Reason, and we do not think about it since you are a youngster, today's 16, 17 or 18 year child, 17 and a half year child, you will have soon 18 year age and then you will be able to apply your driving license. Before that, you are using your scooters. Hello. Sade bahut hi satkar jo DSP Sardar Sukhdev Singh ji, ye school de principal sahab aur eh samuh staff ਅਤੇ ਪ੍ਰੈਸ ਤੋਂ ਆਏ ਮੇਰੇ ਵੀਰ ਅਤੇ ਪਿਆਰੇ ਵਿਦਿਆਰਥੀਓ, ਮੈਂ ASI ਹਰਦੇਵ ਸਿੰਘ, ਪੋਸਟਡ ਡਿਸਟ੍ਰਿਕਟ ਟ੍ਰੈਫਿਕ ਐਜੂਕੇਸ਼ਨ ਸੈਂਟਰ ਸੰਗਰੂਰ, ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਹਿਲਾਂ ਵੀ ਆਉਂਦਾ ਰਹਿੰਦਾ, ਜਿਹੜੇ ਬੱਚੇ ਮੈਨੂੰ ਪਹਿਲਾਂ ਜਾਣਦਾ ਕਿਹੜਾ ਗਰੁੱਪ ਨੇ, 2 ਸਾਲ ਪਹਿਲਾਂ ਆਏ, 7 ਡੇਢ ਸਾਲ। ਚਲੋ ਠੀਕ ਹੈ, ਵਧੀਆ ਕਰਦੇ ਨਵੇਂ ਸਾਰੇ ਤੁਸੀਂ ਸਿੱਖਣ ਨੂੰ। ਆਪਾਂ ਕਿਸ ਮਕਸਦ ਵਾਸਤੇ ਇਕੱਠੇ ਹੋਏ ਹਾਂ? ਸੜਕ ਸੁਰੱਖਿਆ ਜੀਵਨ ਰੱਖੇ ਤੋਂ ਵੱਧ ਆਪਣਾ ਇੱਕ 7ਵਾਂ UN ਯੂਨਾਈਟਿਡ ਨੇਸ਼ਨ ਸੜਕ ਸੁਰੱਖਿਆ ਸਪਤਾਹ ਮਨਾ ਰਿਹਾ ਆਪਾਂ 15/5/23 ਤੋਂ 21/5/23 ਤੱਕ। ਉਹਦੀ ਲੜੀ ਦੇ ਸੰਬੰਧ ਵਿੱਚ ਅੱਜ ਆਪਾਂ ਤੁਹਾਡੇ ਸਕੂਲ ਸੰਸਥਾ ਵਿੱਚ ਪਹੁੰਚੇ ਹਾਂ। ਆਪਾਂ ਸਿਰਫ ਇਹੀ ਗੱਲ ਕਰਨੀ ਹੈ ਵੀ ਰੋਡ ਐਕਸੀਡੈਂਟਾਂ 'ਚ ਮੌਤਾਂ ਕਿਉਂ ਹੋ ਰਹੀਆਂ ਨੇ, ਇਹਨਾਂ ਨੂੰ ਘੱਟ ਕਰਨ ਦੇ ਵਿੱਚ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ। ਜੁੜ ਕੇ ਬੜੀ ਸੌਖੀ ਭਾਸ਼ਾ ਦੇ ਵਿੱਚ, ਜਿਹੜੀ ਭਾਸ਼ਾ ਆਪਾਂ ਕਿਤੇ ਲਿਖੀ ਨਹੀਂ ਜਾਂਦੀ, ਪਰ ਲੇਕਿਨ ਆਪਾਂ ਬੋਲਦੇ ਸਾਰੇ ਹਾਂ, ਤੁਹਾਡੇ ਤਾਂ ਸਮਝ ਲੂ ਗੱਲ। ਤੁਸੀਂ ਦੇਖੋ ਆਪਣੇ ਇੰਡੀਆ ਦੇ ਵਿੱਚ ਇੱਕ ਸਾਲ 'ਚ ਪਤਾ ਕਿੰਨੇ ਲੋਕ ਰੋਡ ਐਕਸੀਡੈਂਟ ਮਰਦੇ ਨੇ? ਆਪਾਂ ਕਹਿਣਾ ਸੌਖਾ ਹੈ, 1.5 ਲੱਖ+। ਆਪਣੇ ਪੰਜਾਬ ਦੇ ਵਿੱਚ ਵੀ 3500-4000 ਦੇ ਕਰੀਬ ਜਿਹੜੇ ਲੋਕ ਨੇ ਰੋਡ ਐਕਸੀਡੈਂਟਾਂ 'ਚ ਮਰਦੇ। ਉਮਰ 'ਚ ਪਤਾ ਜ਼ਿਆਦਾਤਰ ਕੀ ਹੈ? 15 ਸਾਲ ਤੋਂ ਲੈ ਕੇ 50 ਸਾਲ ਦੇ ਵਿੱਚ ਜ਼ਿਆਦਾਤਰ। ਜਿਹੜਾ 2021 ਲੱਖ ਹੈ ਉਹਦਾ ਰਿਕਾਰਡ ਹੀ ਟੁੱਟ ਗਿਆ ਪੰਜਾਬ ਦਾ, 4587 ਡੈਥਾਂ ਹੋਈਆਂ ਸੀ। ਜਿਹੜਾ ਮੈਂ ਤੁਹਾਨੂੰ ਆਂਕੜਾ 3500-4000 ਦੱਸ ਰਿਹਾ, 4587 ਮੌਤਾਂ।
ਇਹ ਕੀ ਹੈ ਆਪਾਂ ਕਹਿੰਦੇ ਵੀ ਰੋਡ ਐਕਸੀਡੈਂਟ ਹੋ ਕੇ ਹੋਏ ਨੇ ਘੱਟ ਕਰਦੇ ਹੋਏ ਅਸੀਂ ਕੀ ਯੋਗਦਾਨ ਪਾ ਸਕਦੇ ਸਾਨੂੰ ਮੈਂ ਕਹਿੰਦਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਆਪਾਂ ਇਹ ਗੱਲ ਕਹਿ ਰਹੇ ਹਾਂ ਸਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਟ੍ਰੈਫਿਕ ਕਿਹਨੂੰ ਕਹਿੰਦੇ ਨਿਯਮ ਬਾਅਦ ਚ ਨੇ ਆਪਾਂ ਕਿਸੇ ਨੂੰ ਪਤਾ ਟ੍ਰੈਫਿਕ ਨੂੰ ਆਪਾਂ ਇਸ ਨੂੰ ਗਿਣੀ ਜਾਂਦੇ ਜਿਹੜੀ ਸੜਕਾਂ ਤੇ ਭੱਜੀ ਫਿਰਦੀ ਦੇਖੋ ਜਿਸ ਜਗ੍ਹਾ ਤੇ ਕੋਈ ਇੱਕ ਜਾਂ ਕੋਈ ਇੱਕ ਤੋਂ ਵੱਧ ਕੋਈ ਚੀਜ਼ਾਂ ਇਕੱਠੀਆਂ ਹੋ ਗਏ ਕੋਈ ਹਿਲਜੁਲ ਹੁੰਦੀ ਹੈ ਕੋਈ ਮੂਵਮੈਂਟ ਹੁੰਦੀ ਹੈ ਉਹਨੂੰ ਟ੍ਰੈਫਿਕ ਕਹਿੰਦੇ ਨੇ ਆਪਾਂ ਵੀ ਇੱਕ ਟ੍ਰੈਫਿਕ ਦੇ ਰੂਪ ਚ ਬੈਠੇ ਹਾਂ ਇਹ ਟ੍ਰੈਫਿਕ ਕਿੰਨੇ ਪ੍ਰਕਾਰ ਦੀ ਹੈ ਚਾਰ ਪ੍ਰਕਾਰ ਦੀ ਹੈ ਪਹਿਲੀ ਜੋ ਹਵਾ ਚੁੱਕਦੀ ਹੈ ਦੂਜੀ ਜਿਹੜੀ ਪਾਣੀ ਚੱਲਦੀ ਹੈ ਉਹ ਆਪਾਂ ਸਾਰਿਆਂ ਨੂੰ ਪਤਾ ਵੀ ਹਵਾ 'ਚ ਕੀ ਉੱਡਦਾ ਪਾਣੀ 'ਚ ਕੀ ਚੱਲਦਾ ਤੀਜੀ ਜੋ ਰੇਲਵੇ ਟਰੈਕ 'ਤੇ ਚੱਲਦੀ ਹੈ ਚੌਥੀ ਕਿਹੜੀ ਹੈਗੀ ਜੋ ਸੜਕ 'ਤੇ ਚੱਲਦੀ ਹੈ ਸੜਕ 'ਤੇ ਚੱਲਣ ਵਾਲੀ ਟਰੈਫਿਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਵਿਘਨ ਪੈਂਦਾ ਹੈ ਸਭ ਤੋਂ ਆਪਣਾ ਉੱਨੀ ਵਧੀਆ ਬਾਦਸ਼ਾਹ ਵਾਲਾ ਉੱਨੀ ਵਧੀਆ ਬਾਦਸ਼ਾਹ ਹੋਵੇ ਹੋਰ 5 ਮਿੰਟ ਵੱਧ ਲਾ ਲਊਗਾ ਵੀ ਰਿਸਪੋਂਸ ਹੋ ਰਿਹਾ ਵੀ ਬੜੇ ਧਿਆਨ ਨਾਲ ਸੁਣ ਰਹੇ ਬੱਚੇ ਫਿਰ ਕੀ ਹੈ ਜਦੋਂ ਤੁਸੀਂ ਵੱਡੇ ਹੋ ਗਏ ਇਹ ਮੈਂ ਸ਼ਬਦ ਕਿਉਂ ਵਰਤਦਾ ਜਦੋਂ ਤੁਸੀਂ ਵੱਡੇ ਹੋ ਕੇ 18 ਵਰਸ ਦੇ ਹੋ ਗਏ ਲਾਇਸੈਂਸ ਹੋਣਾ ਤੁਹਾਡਾ ਵਿਦਆਊਟ ਲਾਇਸੈਂਸ ਕਿਸੇ ਵੀ ਕਾਨੂੰਨ ਨਾਲ ਕਰਨਾ ਹੈ ਇਹ ਕੀ ਹੈ ਵੀ ਚੱਲੀ ਸਭ ਕੁਝ ਜਾਂਦਾ ਲੇਕਿਨ ਇੱਕ ਗੱਲ ਦਾ ਪਤਾ ਕਿਤੇ ਲੱਗਦਾ ਕਹਿੰਦਾ ਰਾਹ ਪਏ ਤੂੰ ਜਾਂ ਬਾਪੂ ਜੀ ਪਿੰਡਾਂ ਵਾਲੇ ਕਹਿੰਦਾ ਰਾਹ ਪਏ ਤੂੰ ਜਾਂ ਬਾਹ ਪਏ ਤੂੰ ਫਿਰ ਜੇ ਅੱਜ ਮੇਰੀ ਗੱਲ ਤੇ ਬੇਟਾ ਗੌਰ ਨਾ ਕਰੀ ਤੇਰੇ ਪਤਾ ਨਹੀਂ ਉਹ ਦਿਲ ਜਿਹਦੇ ਬਾਹ ਪੈ ਗਿਆ ਇਹ ਚੀਜ਼ ਉੱਥੇ ਵੀ ਮੇਰੇ ਕੋਲ ਲਾਇਸੈਂਸ ਨਹੀਂ ਹੈਗਾ ਜਾਂ ਮੈਨੂੰ ਉਧਾਰ ਨਹੀਂ ਗਿਆ ਵੀ ਮੇਰਾ ਪੜ੍ਹਨਾ ਵੀ ਜਾਣਾ ਵੀ ਮਜਬੂਰੀ ਵੀ ਟਿਊਸ਼ਨ ਵੀ ਜਾਣਾ ਪਰ ਸੇਫ ਤਾਂ ਕਰਾਂ ਜਾਬਤੇ ਦੇ ਵਿੱਚ ਰਹਿ ਕੇ ਜਦੋਂ ਤੁਸੀਂ ਹੁਣ ਵੱਡੇ ਹੋ ਕੇ ਗੱਡੀ ਚਲਾਉਂਗੇ ਲੋਕੀ ਨਾ ਆਪਾਂ ਸਭ ਤੋਂ ਪਹਿਲਾਂ ਗੱਡੀ ਸੀਟ ਤੇ ਬਹਿ ਗਏ ਸਭ ਤੋਂ ਪਹਿਲਾਂ ਕੰਮ ਕੀ ਆਪਣਾ ਬੋਲੋ ਜੀ ਬੋਲੋ ਸੀਟ ਬੈਲਟ ਲੱਗ ਗਈ ਉਦੋਂ ਬਾਅਦ ਆਪਾਂ ਉਹੀ ਏ ਬੀ ਸੀ ਪੜ੍ਹਨੇ ਜਿਹੜੀ ਮੈਂ ਪਹਿਲਾਂ ਪੜ੍ਹਾਈ ਸੀ ਇੱਥੇ ਨਹੀਂ ਪ੍ਰਭਾਵ ਕਰਦਾ ਮਿਊਜ਼ਿਕ ਦੇ ਐਕਸੀਡੈਂਟ ਨਾ ਹੋ ਜਾਏ ਜਾਂ ਮਗਰ ਬੈਠੇ ਕਹਿੰਦਾ ਆਹ ਕੋਲ ਦੇ ਲੰਘ ਗਿਆ ਆਪਣੇ ਹੋਰ ਦੇ ਰੇਸ ਜੇ ਡਰਦਾ ਤਾਂ ਕਹਿੰਦਾ ਮੈਨੂੰ ਫੜਾ ਜੇ ਤੈਨੂੰ ਡਰ ਲੱਗਦਾ ਮੈਨੂੰ ਫੜਾ ਜ਼ਿਆਦਾ ਮੁਥਾਰ ਆਪਣੇ ਹੋ ਰਹੇ ਸਰ ਆਪਣੇ ਹੱਥਾਂ ਅਗਰ ਅਸੀਂ ਹੈਲਥੀ ਹਾਂ ਤਾਂ ਰੇਸਾਂ ਕਿੱਥੇ ਲੱਗਣਗੀਆਂ ਪਲੇ ਗਰਾਊਂਡ 'ਚ ਸਾਡੇ ਪਲੇ ਗਰਾਊਂਡ ਖਾਲੀ ਪਏ ਨੇ ਰੇਸਾਂ ਸੜਕਾਂ 'ਤੇ ਲੱਗਣੇ ਨੇ ਸੜਕਾਂ ਦੀ ਮਜ਼ਾ ਇੱਕ ਰਸਤਾ ਧੂਰੀ ਤੋਂ ਲੁਧਿਆਣੇ ਨੂੰ ਜਾਣ ਦਾ ਜੇ ਮੈਨੂੰ ਪਲੇ ਗਰਾਊਂਡ ਬਣਾ ਕੇ ਵਰਤੇਗਾ ਮੈਂ ਨਹੀਂ ਕਿੱਚ ਹੱਲਣ ਦਿੰਦੀ ਮੈਂ ਤਾਂ ਜਾਬ ਦੇ ਵਿੱਚ ਰਹਿ ਕੇ ਇੱਕ ਰਸਤਾ ਚੁਣ ਕੇ ਯੂਜ ਕਰ ਉਰੇ ਕੋਈ ਕਰਤੱਬ ਦਿਖਾਉਣ ਦਾ ਕੋਈ ਸਟੰਟ ਦਿਖਾਉਣ ਦਾ ਜਾਂ ਰੇਸ ਲਾਉਣ ਦਾ ਇੱਥੇ ਕੋਈ ਨਹੀਂ ਰੱਖਦਾ ਹੈਗਾ ਬੀ 'ਤੇ ਬ੍ਰੇਕ ਸੀ 'ਤੇ ਕਲੱਚ ਜਿਵੇਂ ਹੁਣ ਤੁਸੀਂ ਸਕੂਲ ਆਉਣ ਤੋਂ ਪਹਿਲਾਂ ਆਪਦੇ ਆਪ ਨੂੰ ਤਿਆਰ ਹੋਣ ਵਾਸਤੇ ਟਾਈਮ ਕੱਢਿਆ ਨਾ 15 ਮਿੰਟ ਤਾਂ ਕਿ ਇੱਕ ਵੀ ਘਟਨਾ ਨਹੀਂ ਵਾਪਰਨੀ ਇਹ ਵੇਖ ਲੈਣਾ ਅਜਮਾ ਕੇ ਜੇ ਚਾਹੁੰਦੇ ਹੋ ਹਾਦਸਾ ਤੋਂ ਆਪਣੀ ਜਿੰਦ ਬਚਾਉਣੀ ਸੀਟ ਬੈਲਟ ਤੋਂ ਬਿਨਾਂ ਕਦੇ ਵੀ ਗੱਡੀ ਨਹੀਂ ਚਲਾਉਣੀ ਮੁੱਖ ਮਾਰਗ 'ਤੇ ਚੜ੍ਹਨ ਤੋਂ ਪਹਿਲਾਂ ਵਾਹਨ ਦੀ ਗਤੀ ਘਟਾਓ ਸੱਜੇ ਖੱਬੇ ਵੇਖ ਦੋ ਵਾਰੀ ਰੋਡ 'ਤੇ ਫਿਰ ਚੜ੍ਹਾਓ ਡਰਾਈਵਿੰਗ ਸਮੇਂ ਸ਼ਰਾਬ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ ਆਲਾਈ ਮੌਤ ਸਾਨੂੰ ਕਦੇ ਨਹੀਂ ਮਰਨਾ ਚਾਹੀਦਾ ਹਾਦਸਿਆਂ ਤੋਂ ਬਚਣ ਲਈ ਸਭ ਨੂੰ ਸਮਝੇ ਆਉਣਾ ਚਾਹੀਦਾ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣਾ ਚਾਹੀਦਾ ਹਰ ਵਾਹਨ 'ਤੇ ਰਾਤ ਨੂੰ ਚਮਕਣ ਵਾਲੀਆਂ ਟੇਪਾਂ ਲਾਓ ਸਭ ਨੇ ਬਚਣਾ ਹੈ ਖਤਰੇ ਤੋਂ ਹੋਰਾਂ ਨੂੰ ਵੀ ਸਮਝਾਓ ਵਾਹਨ ਚਲਾਉਣ ਸਮੇਂ ਕਦੇ ਵੀ ਮੋਬਾਈਲ ਕਿਸੇ ਨਹੀਂ ਕਰਨਾ ਨਹੀਂ ਤਾਂ ਇਹ ਜ਼ਿੰਦਗੀ ਦਾ ਸਾਨੂੰ ਪੈਜੋ ਖਜ਼ਾਨਾ ਭਰਨਾ ਬੇਸ਼ੱਕ ਹਾਰਨ ਮਾਰ ਕੇ ਪੈਂਦਾ ਦੂਜਿਆਂ ਨੂੰ ਸਮਝਾਉਣਾ ਪਰ ਮਨਾਹੀ ਵਾਲੀ ਥਾਂ 'ਤੇ ਫਿਰ ਵੀ ਨਹੀਂ ਬਜਾਉਣਾ ਖੱਬੇ ਚੱਲੋ ਹੌਲੀ ਚੱਲੋ ਰੱਖੋ ਬੰਦ ਮੋਬਾਈਲ ਤਾਂ ਟ੍ਰੈਫਿਕ ਪੁਲਿਸ ਵੀ ਹੋ ਸਕਦੀ ਹੈ ਫਿਰ ਤੁਹਾਡੀ ਕੈਦ ਲਾਲ ਬੱਤੀ ਦੀ ਉਲੰਘਣਾ ਜੋ ਵੀ ਕਰਦਾ ਹੈ ਇੱਕ ਨਾ ਇੱਕ ਨਾ ਆਲਾਈ ਮੌਤੋਂ ਮਰਦਾ ਹੈ ਲਾਲ ਬੱਤੀ 'ਤੇ ਰੁਕੋ ਅਤੇ ਇੰਤਜ਼ਾਰ ਕਰੋ ਹਰਾ ਇਸ਼ਾਰਾ ਮਿਲੇ ਤਾਂ ਫਿਰ ਸੜਕ ਪਾਰ ਕਰੋ ਰਾਤ ਸਮੇਂ ਜੇ ਸਭਨਾਂ ਵੱਲੋਂ ਡਿੱਪਰ ਵਰਤਿਆ ਜਾਵੇ ਨਾ ਅੱਖਾਂ ਵਿੱਚ ਪਵੇ ਰੋਸ਼ਨੀ ਨਾ ਕੋਈ ਘਬਰਾਵੇ ਰਸਤਾ ਸਾਫ਼ ਦਿਸੇ ਫਿਰ ਸਭ ਨੂੰ ਨਾ ਕੋਈ ਮੁਸ਼ਕਿਲ ਆਵੇ ਸਾਰੇ ਚਾਲਕ ਰਹਿਣ ਸੁਰੱਖਿਅਤ ਟ੍ਰੈਫਿਕ ਪੁਲਿਸ ਇਹ ਚਾਹੇ ਇਹ ਇੱਕ ਕੌੜਾ ਸੱਚ ਹੈ ਹਰਦੀਪ ਸਿੰਘਾ ਪਰ ਜੇ ਇਹ ਸੱਚ ਨੂੰ ਸਮਝੇ ਜੇ ਜੱਗ ਸਾਰਾ ਸੜਕ ਸੁਰੱਖਿਆ ਜੀਵਨ ਰੱਖਿਆ ਇਹ ਹੈ ਸਾਡਾ ਨਾਰਾ ਸੜਕ ਸੁਰੱਖਿਆ ਜੀਵਨ ਰੱਖਿਆ ਇਹ ਹੈ ਸਾਡਾ ਨਾਰਾ ਵਿੱਚ ਮੈਂ ਇੱਕ ਲਾਈਨ ਬੋਲੀ ਤੁਸੀਂ ਪੂਰੀ ਕਰਦੇ ਵਿੱਚ ਲਾ ਕੇ ਬੇਟਾ ਤੁਸੀਂ ਦੱਸਿਓ ਕਹਿ ਲਾਲ ਬੱਤੀ ਦੀ ਉਲੰਘਣਾ ਜੋ ਵੀ ਕਰਦਾ ਹੈ ਇੱਕ ਨਾ ਆਉਣਾ ਹੈ ਮੌਤ ਉਹ ਕਹਿੰਦਾ 30 ਸੈਕਿੰਡ ਐਟ ਰੈਡ ਲਾਈਟ ਔਰ 3 ਮੰਥ ਇਨ ਬੋਲੋ ਜੀ ਹੌਸਪੀਟਲ ਹੁਣ ਤੁਸੀਂ 30 ਸੈਕਿੰਡ ਨਾਲ ਸਹਿਮਤ ਹੋਣਾ 3 ਮੰਥ ਨਾਲ 30 ਸੈਕਿੰਡ ਬੇਡ ਉਡੀਕ ਕਰਨਾ ਸਭ ਤੋਂ ਔਖਾ ਹੈ ਜਦੋਂ ਪਰ ਬੇਡ ਦੇ ਉਡੀਕ ਕਰਨ ਦੀ ਧਾਰਨੀ ਹੋਵੇ ਮੈਂ ਤੁਹਾਡਾ ਲਿਖਤੀ ਦਾਵਾ ਕਰ ਦੇਣਾ ਆਪਣਾ ਕਦੇ ਵੀ ਤੋੜ ਤੇ ਐਕਸੀਡੈਂਟ ਹੋਵੇ ਥੈਂਕ ਯੂ ਧੰਨਵਾਦ ਜੀ Thank you very much. First of all, I thank Mr. Sunil Kadamji, principal of the school. I am also grateful to the teachers, staff, drivers of the transport wing, and all the students.
I am grateful for giving me this opportunity to interact with you on a very important aspect of our life. On the occasion of 7th UN Global Road Safety Week, I want to clarify that when we analyze the loss of life throughout the world and we compare it with the other reasons of the loss of life, we come to the conclusion that road accident are the major reason behind the loss of life. I give you the data of the Sangrur district only. Last year, 229 people died on road due to the road accident. This is not a minor figure. And when we compare it to the other losses of life, 19 people died in the murder cases. Life is important, whether it is taken by the road accident or by any other reason. But when somebody asks us which is the major crime, I put this question to you: what is the major crime in the society? If anybody can tell, sab to vadda jurm ki hai, koi das sakda? हाँ जी, अपनी सोसाइटी जो देखिए तो आप सब तो बड़ा क्राइम की है, जुर्म की है? हाँ जी, ठीक है, सुन लिया, मैं नोट कर लिया। इसके अलावा शाबाश लड़कियां दसन गया, क्राइम तो समझते हो ना की होंदा? Violation of a law, any law, has been defined by your constitution. If we kill somebody, if we hurt somebody, if we do a rash and negligent act, if we do forgery and so many other things, these have been very well, written in our constitution. And I am asking about that only. What is the major crime in your mind? Yes, gentlemen? Yes? Stand up. Mostly the major crime is to avoid the safety rules of. No, next. Society. Suchi bolo. Society. And it? Society. Two sides, sir. No, no crime nahi hota, aap hi kar le. Aap hi kar le. And it? Or? Anyone? Any staff member? हाँ जी, लड़कियां देख रहे हैं, फिर लड़कियां फर्स्ट आ रही है कि लड़के? दोस्तों बेटा ठीक तो सर, हाँ जी, ओके, चलो गुड, यू मेड एन गुड एफर्ट्स, बट व्हेन वी आस्क समबडी दे विल से मर्डर. Killing somebody is the major crime. When we consider according to the constitution, killing somebody is the major crime, and because we took the life of somebody. Similarly, is the accident. When there is fatal accident, the people are killed, but we compare it to the lower level. But my perception about this is different. I think the killing in road is more dangerously because this is taking more lives. We have registered only 19 cases of murder in our district, and on the other side we have registered 229 cases of road accident where the people were killed. What is more deadly?
the road accident. To me, the more deadly crime is road accident where we kill people. That's why I am here and my staff is here to make you aware that a road safety is more important in our life than anything else. ठीक है हुण आपां गल करिए पंजाबी च जिदा हरदेव सिंह ने प्योर मलवई भाषा च तुहानूं दस्या हुण मैं टकसाली भाषा च कोशिश करांगा जिहड़ी एक्नोलेज्ड पंजाबी जिहड़ी लिखण च वी आउंदी है बोलण च वी आउंदी है सारे तरीके नाल आउंदी तां किसे भी लाइफ किसे भी स्ट्रीम च जिंदगी दे किसे भी आस्पेक्ट सब तों ज्यादा इंपोर्टेंट हुंदी है डिसिप्लिन दी ਕਿਸੇ ਵੀ ਖੇਤਰ ਚ ਚਾਹੇ ਤੁਸੀਂ ਸਟੱਡੀ ਕਰਦੇ ਹੋ ਚਾਹੇ ਤੁਸੀਂ ਕਲਾਸ ਚ ਬੈਠਦੇ ਹੋ ਤੁਸੀਂ ਕੋਈ ਕਿਸੇ ਸੰਸਥਾ ਚ ਕੰਮ ਕਰਦੇ ਹੋ ਚਾਹੇ ਕਿਤੇ ਵੀ ਤੁਸੀਂ ਕੰਮ ਕਰਦੇ ਹੋ ਤਾਂ ਡਿਸਿਪਲਿਨ ਹੈ ਜਿਹੜਾ ਸਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਹੁੰਦਾ ਹੈ ਜਿਹੜੇ ਬੱਚੇ ਜਿਹੜੇ ਇਨਸਾਨ ਅਨੁਸ਼ਾਸਿਤ ਜੀਵਨ ਜਿਉਂਦੇ ਨੇ ਉਹ ਜ਼ਿੰਦਗੀ ਚ ਹਮੇਸ਼ਾ ਕਾਮਯਾਬ ਰਹਿੰਦੇ ਟਾਈਮ ਦੀ ਪਾਬੰਦੀ ਟਾਈਮ ਦੀ ਰਿਸਪੈਕਟ ਅਕਸਰ ਸਾਡੇ ਟੀਚਰ ਸਾਨੂੰ ਦੱਸਦੇ ਆ ਕਿ ਜਿਹੜਾ ਇਨਸਾਨ ਸਮੇਂ ਦੀ ਕਦਰ ਕਰਦਾ ਸਮਾਂ ਉਹਦੀ ਹੀ ਕਦਰ ਕਰਦਾ ਜਿਹੜਾ ਇਨਸਾਨ ਸਮੇਂ ਦੀ ਕਦਰ ਨਹੀਂ ਕਰਦਾ ਸਮਾਂ ਉਹਨੂੰ ਬਰਬਾਦ ਕਰ ਦਿੰਦਾ ਸਮਾਂ ਉਹਨੂੰ ਰੋਲ ਦਿੰਦਾ ਤਾਂ ਆਪਣੀ ਜ਼ਿੰਦਗੀ 'ਚ ਟਾਈਮ ਮੈਨੇਜਮੈਂਟ ਹੈ ਜਿਹੜਾ ਉਹ ਬਹੁਤ ਜ਼ਰੂਰੀ ਹੈ ਆਪਾਂ ਸਵੇਰੇ ਉੱਠਦੇ ਹਾਂ ਪਹਿਲੀ ਗੱਲ ਸਾਨੂੰ ਰਾਤ ਨੂੰ ਸੌਣ ਲੱਗਿਆਂ ਆਪਾਂ ਨੂੰ ਚੇਤੇ ਹੋਣਾ ਚਾਹੀਦਾ ਕਿ ਆਪਾਂ ਸਵੇਰੇ ਕੀ ਕਰਨਾ ਅਤੇ ਉਹਦੇ ਹਿਸਾਬ ਨਾਲ ਆਪਾਂ ਉੱਠਣਾ ਵੀ ਹੁੰਦਾ ਠੀਕ ਹੈ ਨਾ ਇੱਕ ਹੋਰ ਗੱਲ ਕਹਿੰਦੇ ਹਾਂ ਕਿ ਜਿਹੜੇ ਸ਼ਖਸ ਸੂਰਜ ਚੜ੍ਹਦਾ ਨਹੀਂ ਦੇਖਦੇ ਉਹ ਵੀ ਜ਼ਿੰਦਗੀ 'ਚ ਜ਼ਿਆਦਾ ਕਾਮਯਾਬ ਨਹੀਂ ਹੁੰਦੇ ਸੂਰਜ ਹੈ ਜਿਹੜਾ ਇੱਕ ਸ਼ਕਤੀ ਦਾ ਪ੍ਰਤੀਕ ਹੈ ਅਤੇ ਜਿਹੜੀਆਂ ਚੜ੍ਹਦੇ ਸੂਰਜ ਦੀਆਂ ਰੇਸ ਨੇ ਆਪਾਂ ਨੂੰ ਸ਼ਕਤੀ ਪ੍ਰਦਾਨ ਕਰਦੀਆਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਦਿਨ ਨਿਕਲਣ ਤੋਂ ਪਹਿਲਾਂ ਆਪਾਂ ਨੂੰ ਉੱਠ ਕੇ ਆਪਣਾ ਜਿਹੜਾ ਟਾਈਮ ਦਾ ਸਾਰੇ ਦਿਨ ਦਾ ਸ਼ਡਿਊਲ ਹੈ ਜਿਹੜਾ ਉਹ ਤੈਅ ਕਰਨਾ ਚਾਹੀਦਾ ਕੋਸ਼ਿਸ਼ ਕਰਿਆ ਕਰੋ ਪਿੰਡਾਂ ਵਾਲੇ ਖਾਸ ਤੌਰ 'ਤੇ ਸ਼ਹਿਰਾਂ 'ਚ ਤਾਂ ਸੂਰਜ ਦੇਖਣ ਨੂੰ ਹੀ ਨਹੀਂ ਮਿਲਦਾ ਚੜ੍ਹਦਾ ਲੇਕਿਨ ਪਿੰਡਾਂ ਵਾਲਿਆਂ ਨੂੰ ਇਹ ਇੱਕ ਸੁਭਾਗ ਪ੍ਰਾਪਤ ਹੈ ਕਿ ਉਹ ਚੜ੍ਹਦਾ ਸੂਰਜ ਦੇਖ ਸਕਦੇ ਨੇ ਜਦੋਂ ਤੁਸੀਂ ਰਾਈਜ਼ਿੰਗ ਸਨ ਨੂੰ ਦੇਖਦੇ ਹੋ ਨਾ ਤੁਹਾਨੂੰ ਇੱਕ ਅਲੱਗ ਕਿਸਮ ਦੀ ਫੀਲਿੰਗ ਆਉਂਦੀ ਹੈ ਤੁਹਾਨੂੰ ਤਾਕਤ ਮਿਲਦੀ ਹੈ ਪੋਜ਼ਿਟਿਵ ਐਨਰਜੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਟਾਈਮ ਮੈਨੇਜਮੈਂਟ ਕਰਨਾ ਹਰ ਇੱਕ ਜਦੋਂ ਵੀ ਕੋਈ ਹਾਦਸਾ ਹੁੰਦਾ ਹੈ ਜਾਂ ਮਿਸ ਹੈਪਨਿੰਗ ਹੁੰਦੀ ਹੈ ਜਾਂ ਕੋਈ ਫੇਲੀਅਰ ਹੁੰਦਾ ਹੈ ਤਾਂ ਉਹਦੇ ਪਿੱਛੇ ਮਿਸ ਟਾਈਮ ਮੈਨੇਜਮੈਂਟ ਹੀ ਹੁੰਦਾ ਜਦੋਂ ਆਪਾਂ ਟਾਈਮ ਦੇ ਅਕੋਰਡਿੰਗ ਨਹੀਂ ਚੱਲਦੇ ਫਿਰ ਆਪਾਂ ਕੇਅਰਲੈਸਨੈਸ ਕਰਦੇ ਹਾਂ ਜਲਦਬਾਜ਼ੀ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਨੁਕਸਾਨ ਹੁੰਦਾ ਇਸੇ ਤਰੀਕੇ ਨਾਲ ਜੇ ਆਪਾਂ ਇਸੇ ਚੀਜ਼ ਨੂੰ ਡਿਸਿਪਲਨ ਨੂੰ ਰੋਡ ਸੇਫਟੀ ਤੇ ਲੈ ਆਈਏ ਤਾਂ ਰੋਡ ਸੇਫਟੀ ਵੀ ਡਿਸਿਪਲਨ ਦਾ ਹੀ ਇੱਕ ਮੇਨ ਵਜ੍ਹਾ ਇਹਦੇ ਵਿੱਚ ਵੀ ਡਿਸਿਪਲਨ ਹੀ ਹੈ ਜੇ ਆਪਾਂ ਸੜਕ ਤੇ ਡਿਸਿਪਲਨ ਜਾਂ ਅਨੁਸ਼ਾਸਨ ਨਾਲ ਗੱਡੀ ਚਲਾਉਂਦੇ ਹਾਂ ਤਾਂ ਬਹੁਤ ਘੱਟ ਕਾਰਨ ਹੁੰਦੇ ਨੇ ਹਾਦਸੇ ਹੁੰਦੇ ਜੇ ਆਪਾਂ ਖੁਦ ਡਿਸਿਪਲਨ 'ਚ ਚਲਾ ਰਹੇ ਹਾਂ ਤਾਂ ਆਪਾਂ ਦੂਜਾ ਜੇ ਕੋਈ ਡਿਸਿਪਲਨ 'ਚ ਨਹੀਂ ਚਲਾ ਰਿਹਾ ਕੋਈ ਰੈਸ ਚਲਾ ਰਿਹਾ ਤਾਂ ਆਪਾਂ ਉੱਥੋਂ ਬਚ ਜਾਂਦੇ ਹਾਂ ਠੀਕ ਹੈ ਤਾਂ ਸਾਡਾ ਇੱਥੇ ਤੁਹਾਨੂੰ ਐਜੂਕੇਟ ਕਰਨ ਦਾ ਮਕਸਦ ਇਹੀ ਹੈ ਕਿ ਆਪਾਂ ਜਦੋਂ ਵੀ ਸੜਕ 'ਤੇ ਚੜ੍ਹਨਾ ਅਜੇ ਹੋਰ ਬਹੁਤ ਜ਼ਿਆਦਾ ਇੱਕ ਆਸਪੈਕਟ ਹੈ ਮੈਂ ਤੁਹਾਡੇ ਪ੍ਰਿੰਸੀਪਲ ਸਾਹਿਬ ਨਾਲ ਡਿਸਕਸ ਕਰ ਰਿਹਾ ਸੀ ਇਹ ਬਹੁਤ ਵਾਸਟ ਸਬਜੈਕਟ ਹੈ ਜੇ ਕਹੀਏ ਆਪਾਂ ਇੱਕ ਸੈਸ਼ਨ 'ਚ ਪੂਰਾ ਨਹੀਂ ਹੋ ਸਕਦਾ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਦੁਬਾਰਾ ਵੀ ਇਸ ਚੀਜ਼ 'ਤੇ ਤੁਹਾਡੇ ਨਾਲ ਸੈਸ਼ਨ ਕਰਾਂਗੇ ਬੇਸਿਕ ਚੀਜ਼ਾਂ ਟ੍ਰੈਫਿਕ ਸਾਈਨ ਕੀ ਹੁੰਦੇ ਨੇ ਕਿਹਦਾ ਕੀ ਮਤਲਬ ਹੈ ਕੀ ਨਹੀਂ ਸਾਰਾ ਤੁਹਾਨੂੰ ਦੱਸਾਂਗੇ ਲੇਕਿਨ ਮੁੱਖ ਤੌਰ 'ਤੇ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਸੜਕ 'ਤੇ ਉਹਨਾਂ ਬਾਰੇ ਆਪਾਂ ਮੇਨ ਤੁਹਾਨੂੰ ਜਿਹੜੀਆਂ ਬੇਸਿਕ ਗੱਲਾਂ ਹਰਦੇਵ ਜੀ ਨੇ ਦੱਸੀਆਂ ਲੇਕਿਨ ਮੈਂ ਜਨਰਲ ਗੱਲਾਂ ਦੱਸਾਂਗਾ ਆਮ ਤੌਰ 'ਤੇ ਹਾਦਸੇ ਕਿੱਦਾਂ ਹੁੰਦੇ ਆ ਹੁਣ ਬਹੁਤ ਸਾਰੇ ਹਾਈਵੇ ਬਣ ਗਏ ਆਪਣੇ ਵਨ ਵੇ ਟ੍ਰੈਫਿਕ ਹੋ ਗਈ ਫੋਰ ਲੈਨਿੰਗ ਹੋ ਗਈ ਸਿਕਸ ਲੈਨਿੰਗ ਹੋ ਗਈ ਤਾਂ ਉਹਦੇ ਨਾਲ ਨਾਲ ਕੀ ਹੈ ਲਿੰਕ ਰੋਡ ਹੈ ਲਿੰਕ ਰੋਡ ਬਣੇ ਹੋਏ ਨੇ ਜਿੱਥੋਂ ਪਿੰਡਾਂ ਦੀਆਂ ਸੜਕਾਂ ਮੇਨ ਸੜਕਾਂ 'ਤੇ ਚੜ੍ਹਦੀਆਂ ਨੇ ਠੀਕ ਹੈ ਤੁਸੀਂ ਅਕਸਰ ਦੇਖੋਗੇ ਜਦੋਂ ਲਿੰਕ ਰੋਡ ਤੋਂ ਮੇਨ ਰੋਡ 'ਤੇ ਆਪਾਂ ਗੱਡੀ ਚੜਾਉਂਦੇ ਹਾਂ ਜਾਂ ਕੋਈ ਮੇਨ ਸੜਕ ਨੂੰ ਯੂਜ਼ ਕਰਨ ਵਾਸਤੇ ਉੱਥੇ ਚੜ੍ਹਦਾ ਤਾਂ ਬਹੁਤ ਸਾਰੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ
ਉਹਦੀ ਵਜ੍ਹਾ ਕੀ ਹੈ ਆਪਾਂ ਨੂੰ ਰਾਈਟ ਆਫ ਵੇ ਦਾ ਨਹੀਂ ਪਤਾ ਰਾਈਟ ਆਫ ਵੇ ਕਹਿੰਦੇ ਆ ਸੜਕ ਤੇ ਪਹਿਲਾਂ ਚੜ੍ਹਨ ਦਾ ਅਧਿਕਾਰ ਕਿਹਨੂੰ ਹੈ ਹਾਈਵੇ ਤੇ ਤਾਂ ਕੋਈ 60 ਦੀ ਸਪੀਡ ਤੇ ਜਾ ਰਿਹਾ 100 ਦੀ ਸਪੀਡ ਤੇ ਜਾ ਰਿਹਾ ਠੀਕ ਹੈ ਆਪਾਂ ਸੜਕ ਤੇ ਚੜ੍ਹਨਾ ਲਿੰਕ ਰੋਡ ਤੋਂ ਤਾਂ ਰਾਈਟ ਆਫ ਵੇ ਜਾਂ ਪਹਿਲਾਂ ਲੰਘਣ ਦਾ ਅਧਿਕਾਰ ਉਹਦਾ ਹੈ ਜਿਹੜਾ ਮੇਨ ਰੋਡ ਤੇ ਆਪਣੀ ਸਪੀਡ ਤੇ ਜਾ ਰਿਹਾ ਸਾਡਾ ਫਰਜ਼ ਰੁਕਣ ਦਾ ਅਸੀਂ ਪਹਿਲਾਂ ਰੁਕ ਕੇ ਦੇਖੀਏ ਖੱਬੇ ਵੀ ਦੇਖੀਏ ਸੱਜੇ ਵੀ ਦੇਖੀਏ ਤਾਂ ਉਸ ਤੋਂ ਬਾਅਦ ਸੜਕ ਤੇ ਚੜ੍ਹੀਏ ਆਪਾਂ ਕਦੇ ਕਰਦੇ ਹਾਂ ਇੱਦਾਂ ਨਹੀਂ ਨਾ ਕਰਦੇ ਬਹੁਤ ਘੱਟ ਕਰਦੇ ਅਕਸਰ ਤੁਸੀਂ ਦੇਖਿਓ ਇਸ ਚੀਜ਼ ਦੀ ਗੌਰ ਕਰਿਓ ਜਦੋਂ ਵੀ ਕੋਈ ਲਿੰਕ ਰੋਡ ਤੇ ਚੜ੍ਹਦੇ ਆ ਤੁਸੀਂ ਮੇਨ ਤੇ ਜਾ ਰਹੇ ਹੋ ਲਿੰਕ ਰੋਡ ਤੇ ਕੋਈ ਨਾ ਕੋਈ ਤੁਹਾਨੂੰ ਚੜ੍ਹਦਾ ਮਿਲ ਜੂਗਾ ਕੋਈ ਸਕੂਟਰ ਤੇ ਕੋਈ ਕਾਰ ਤੇ ਉਹ ਬਸ ਆਪਣਾ ਹੀ ਦੇਖ ਕੇ ਬਸ ਮੋੜ ਦਿੰਦਾ ਉਧਰ ਸੱਜੇ ਦੇਖਣ ਤੱਕ ਦੀ ਵੀ ਜ਼ਹਿਮਤ ਨਹੀਂ ਕਰਦਾ ਰੁਕਣ ਦੀ ਤਾਂ ਦੂਰ ਦੀ ਗੱਲ ਹੈ ਇਹ ਤੁਸੀਂ ਅੱਜ ਤੋਂ ਹੀ ਦੇਖਿਓ ਮੇਨ ਕਾਰਨ ਹੀ ਬਣਦਾ ਜੇ ਤਾਂ ਜਿਹੜਾ ਮੇਨ ਤੇ ਜਾ ਰਿਹਾ ਉਹਨੇ ਧਿਆਨ ਦਿੱਤਾ ਤਾਂ ਠੀਕ ਹੈ ਜੇ ਉਹਨੇ ਨਹੀਂ ਧਿਆਨ ਦਿੱਤਾ ਤਾਂ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦਾ ਇਸ ਕਰਕੇ ਰਾਈਟ ਆਫ ਵੇ ਨੂੰ ਬਹੁਤ ਪ੍ਰੋਪਰਲੀ ਫਾਲੋ ਕਰਨਾ ਤਾਂ ਇਹ ਤੁਹਾਡੇ ਜ਼ਹਿਨ ਚ ਹੋਣਾ ਚਾਹੀਦਾ ਕਿ ਪਹਿਲਾਂ ਲੰਘਣ ਦਾ ਅਧਿਕਾਰ ਕਿਹਨੂੰ ਹੈ ਜੇ ਤੁਸੀਂ ਹਾਈਵੇ ਤੇ ਜਾ ਰਹੇ ਹੋ ਤੁਹਾਨੂੰ ਹੈ ਜੇ ਤੁਸੀਂ ਲਿੰਕ ਰੋਡ ਤੇ ਜਾ ਰਹੇ ਹੋ ਫਿਰ ਹਾਈਵੇ ਤੇ ਜਾਣ ਵਾਲੇ ਨੂੰ ਠੀਕ ਇਸੇ ਤਰੀਕੇ ਨਾਲ ਓਵਰਟੇਕਿੰਗ ਦਾ ਆਪਾਂ ਓਵਰਟੇਕਿੰਗ ਕਰਨ ਲੱਗਿਆਂ ਬਹੁਤ ਕਾਲ ਕਰ ਦਿੰਦੇ ਹਾਂ ਕਈ ਵਾਰੀ ਇੱਕ ਗੱਡੀ ਸੈਂਟਰ ਚ ਚਲਾਈ ਜਾ ਰਿਹਾ ਉਹਦਾ ਦੋ ਜਣੇ ਉਹਨੂੰ ਓਵਰਟੇਕ ਕਰਨਾ ਚਾਹ ਰਹੇ ਹੁੰਦੇ ਇੱਕ ਸੱਜੋਂ ਕਰ ਦਿੰਦਾ ਇੱਕ ਖੱਬਿਓਂ ਕਰ ਦਿੰਦਾ ਅੱਗੇ ਜਾ ਕੇ ਭਿੜ ਜਾਂਦੇ ਆ ਸਮਝ ਗਏ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਇਹ ਆਪਾਂ ਕਰਦੇ ਸਾਰੇ ਜਲਦਬਾਜ਼ੀ ਕਰਨਾ ਤਾਂ ਇਸ ਕਰਕੇ ਜਦੋਂ ਵੀ ਤੁਸੀਂ ਕਿਤੇ ਜਾਣਾ ਹੈ ਸਭ ਤੋਂ ਪਹਿਲਾਂ ਐਨਫ ਟਾਈਮ ਹੋਵੇ ਤੁਹਾਡੇ ਕੋਲ ਮੰਨ ਲਓ ਤੁਸੀਂ ਸੰਗਰੂਰ ਜਾਣਾ ਇੱਥੋਂ ਧੂਰੀ ਤੋਂ ਸੰਗਰੂਰ ਦਾ 20 ਮਿੰਟ ਦਾ ਟਾਈਮ ਹੋਣਾ ਜਾਂ 25 ਮਿੰਟ ਦਾ ਟਾਈਮ ਹੋਵੇ ਤੁਸੀਂ ਰੋਜ਼ ਜਾਂਦੇ ਹੋ ਆਪਾਂ ਕਹਿੰਦੇ ਯਾਰ 20 ਮਿੰਟ 'ਚ ਪਹੁੰਚ ਜਾਣਾ ਆਪਾਂ ਜੇ 12:30 ਵਜੇ ਪਹੁੰਚਣਾ ਆਪਾਂ ਤਾਂ ਆਪਾਂ 12:10 ਤੇ ਤੁਰਦੇ ਹਾਂ ਕਿ 20 ਮਿੰਟ ਲੱਗਣੇ ਆ ਆਪਣੀ 12:30 ਵਜੇ ਅਪੁਆਇੰਟਮੈਂਟ ਆ ਉੱਥੇ ਕਿਸੇ ਦਫ਼ਤਰ 'ਚ ਜਾਂ ਹੋਰ ਕਿਸੇ ਨਾਲ ਆਪਾਂ ਉਸ ਹਿਸਾਬ ਨਾਲ ਚੱਲਦੇ ਲੇਕਿਨ ਗਾਹਾਂ ਕੀ ਹੁੰਦਾ ਬਾਈਪਾਸ 'ਤੇ ਐਕਸੀਡੈਂਟ ਹੋਇਆ ਹੁੰਦਾ ਆਪਣੀ ਉੱਥੇ ਜਾਮ ਲੱਗਿਆ ਹੁੰਦਾ ਉੱਧਰ ਟਾਈਮ ਹੋ ਹੀ ਜਾਂਦਾ ਉੱਧਰ ਆਪਾਂ ਨੂੰ ਇੰਪੇਸ਼ੈਂਸ ਹੋਈ ਜਾਂਦੀ ਹੈ ਯਾਰ ਲੇਟ ਹੋ ਗਏ ਹੋਰ ਹੋ ਗਿਆ ਤਾਂ ਇੱਦਾਂ ਦੀਆਂ ਚੀਜ਼ਾਂ ਆਪਾਂ ਨੂੰ ਮੰਨ ਕੇ ਰੱਖਣੀ ਮੰਨ ਕੇ ਚੱਲਣਾ ਪਊਗਾ ਹੁਣ ਥੋੜ੍ਹੇ ਦਿਨ ਪਹਿਲਾਂ ਇੱਕ ਪਟਵਾਰੀ ਦਾ ਇਗਜ਼ਾਮ ਹੋਇਆ ਸੀਗਾ ਪ੍ਰੈਸ ਵਾਲੇ ਮੇਰੇ ਵੀਰਾਂ ਨੂੰ ਪਤਾ ਹੋਣਾ ਉਹਦੇ 'ਚ ਬਹੁਤ ਸਾਰੇ ਬੱਚੇ ਜਿਹੜਾ ਇਗਜ਼ਾਮ ਨਹੀਂ ਦੇ ਪਾਏ ਉਹਦੀ ਵਜ੍ਹਾ ਕੀ ਹੋਈ ਟ੍ਰੈਫਿਕ ਜਾਮ ਸਾਰੀ ਦੁਨੀਆ ਪੇਪਰ ਦੇਣ ਚਲੀ ਗਈ ਜਿਹਨੇ ਇੱਕ ਹਰ ਇੱਕ ਬੰਦਾ ਗੱਡੀ ਲੈ ਕੇ ਗਿਆ ਉਹਦੀਆਂ ਸੜਕਾਂ ਹੈ ਨਹੀਂ ਸੀ ਆਪਣੇ ਕੋਲ ਖੁੱਲੀਆਂ ਜਿਹੜੀ ਗੱਡੀ 'ਚ 4 ਜਣੇ ਜਾ ਸਕਦੇ ਸੀ ਉਹਦੇ 'ਚ ਇੱਕ ਜਣਾ ਹੀ ਗਿਆ 4-4 ਗੱਡੀਆਂ ਲੈ ਕੇ ਗਏ ਹਰ ਇੱਕ ਪਿੰਡ 'ਚੋਂ ਜੇ 4 ਜਣੇ ਜਾ ਸਕਦੀ ਸੀ ਉਹ ਇੱਕ ਗੱਡੀ 'ਚ ਜਾ ਸਕਦੇ ਸੀ ਠੀਕ ਹੈ ਮੈਨੇਜਮੈਂਟ ਨਹੀਂ ਕੀਤੀ ਤਾਂ ਇਸ ਤਰੀਕੇ ਨਾਲ ਜੇ ਤੁਸੀਂ ਆਪਣੀ ਲਾਈਫ ਨੂੰ ਮੈਨੇਜ ਕਰੋਗੇ ਟਾਈਮ ਦੀ ਮੈਨੇਜਮੈਂਟ ਕਰੋਗੇ ਰਿਸੋਰਸਿਸ ਦੀ ਮੈਨੇਜਮੈਂਟ ਕਰੋਗੇ ਤਾਂ ਆਪਾਂ ਇਹਨਾਂ ਹਾਦਸਿਆਂ ਤੋਂ ਇੱਦਾਂ ਦੀਆਂ ਜਿਹੜੀਆਂ ਇਰੈਗੂਲੈਰਿਟੀਜ਼ ਨੇ ਉਹਨਾਂ ਤੋਂ ਆਪਾਂ ਬਚ ਜਾਂਦੇ ਹਾਂ ਤਾਂ ਆਪਣੇ ਸਮੇਂ ਦੀ ਪ੍ਰੋਪਰ ਪਲੈਨਿੰਗ ਕਰੋ ਤੁਸੀਂ ਸਕੂਲ ਜਾਣਾ 5 ਮਿੰਟ ਪਹਿਲਾਂ ਜਾਓ ਅੱਜ ਮੈਂ ਆਉਣਾ ਸੀ ਤੁਹਾਡੇ ਕੋਲ ਠੀਕ ਹੈ ਨਾ ਮੈਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਮੇਰੇ ਜੂਨੀਅਰਸ ਵੱਲੋਂ ਟਾਈਮ ਦਿੱਤਾ ਸੀ ਜੀ ਆਪਾਂ 11:30 ਵਜੇ ਪਹੁੰਚਣਾ ਮੈਂ ਕਿੰਨੇ ਵਜੇ ਆਇਆ ਸਰ ਠੀਕ ਹੈ ਤਾਂ ਮੈਂ 10-15 ਮਿੰਟ ਪਹਿਲਾਂ ਆ ਗਿਆ ਕਿਉਂ ਕਿਉਂਕਿ ਮੇਰੇ ਵਾਸਤੇ ਆਪਣੇ ਟਾਈਮ ਦੇ ਨਾਲ ਨਾਲ ਤੁਹਾਡਾ ਟਾਈਮ ਜ਼ਿਆਦਾ ਇੰਪੋਰਟੈਂਟ ਹੈ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਇੱਕ ਜਣੇ ਕਾਰਨ ਤੁਹਾਨੂੰ 100 ਜਣਿਆਂ ਨੂੰ ਵੇਟ ਕਰਨੀ ਪਵੇ ਜੇ ਮੈਂ ਲੇਟ ਹੁੰਦਾ ਫਿਰ ਮੈਂ ਰੈਸ਼ ਡਰਾਈਵਿੰਗ ਕਰਨੀ ਸੀ ਮੈਂ ਡਰਾਈਵਰ ਨੂੰ ਕਹਿਣਾ ਸੀ ਇੱਧਰੋਂ ਕੱਢ ਲੈ ਉੱਧਰੋਂ ਕੱਢ ਲੈ ਠੀਕ ਹੈ ਨਾ ਤਾਂ ਉਹ ਚੀਜ਼ਾਂ ਆਪਣੇ ਜ਼ਹਿਨ 'ਚ ਆ ਜਾਂਦੀ ਹੈ ਆਪਾਂ ਕਾਹਲੀ ਕਰਦੇ ਹਾਂ ਫਿਰ ਕਿਤੇ ਲੇਟ ਹੋਣ ਜਾਂ ਕਿਤੇ ਇੰਟਰਵਿਊ 'ਤੇ ਜਾਣਾ ਹੋਇਆ ਆਪਾਂ ਲੇਟ ਚੱਲੇ ਵੀ ਲੇਟ ਹੋ ਜਾਵਾਂਗੇ ਹੋ ਰਹੇ ਫਿਰ ਆਪਾਂ ਕਾਹਲੀ ਕਰਦੇ ਹਾਂ ਜਲਦਬਾਜ਼ੀ ਕਰਦੇ ਹਾਂ ਅਤੇ ਉਹਦੇ ਨਾਲ ਹਾਦਸੇ ਹੁੰਦੇ ਆ ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਮੇਨ ਹੈ ਅਨੁਸ਼ਾਸਿਤ ਹੋ ਕੇ ਆਪਾਂ ਕੋਈ ਰਿਐਕਟ ਕਰਨਾ ਅਨੁਸ਼ਾਸਨ ਨਾਲ ਰੋਡ 'ਤੇ ਗੱਡੀ ਚਲਾਉਣੀ ਹੈ ਪੇਸ਼ੈਂਸ ਨਾਲ ਕੂਲ ਮਾਇੰਡ ਨਾਲ ਆਪਾਂ ਗੱਡੀ ਚਲਾਉਣੀ ਹੈ ਤਾਂ ਉਹਦੇ ਨਾਲ ਹੈ ਜਿਹੜੇ ਹਾਦਸੇ ਘੱਟ ਸਕਦੇ ਨੇ ਅਤੇ ਜਿਹੜਾ ਹਫ਼ਤਾ ਮਨਾਉਣ ਦੀ ਗਲੋਬਲ ਹਫ਼ਤਾ ਮਨਾਉਣ ਦੀ ਜਿਹੜੀ ਗੱਲ ਹੈ ਇਹਦਾ ਮੇਨ ਮਕਸਦ ਇਹੀ ਹੈ ਕਿ ਆਪਾਂ
सड़क हादसे जिहड़े आ उहनां नूं घट करना। मैनूं इस गल दी तसल्ली है कि पिछले साल जिहड़ा दूजा क्राइम सी मर्डर वगैरह लुट खोह वाला या होर उहदे च कमी आई, जिहड़ा कतल वर्गा जुर्म सीगे उहनां च काफी कमी दर्ज कीती आ सी। तां हुण इस साल साडा टीचा है कि आपां रोड सेफ्टी नूं ध्यान च रखदे होए जिहड़े सड़क ते हादसयां च लोकां दीआं जानां जांदीआं ने उहनां नूं वी आपां बहुत घट करना, ठीक है, उहदे च थोड़ा बहुत ज्यादा योगदान है। हुण मेरा अगला सवाल, पहले सवाल दा तुसीं जवाब नहीं दित्ता, हुण दूजे दा सवाल दा जवाब मैनूं दिओ। तुहाडे च 18 साल तों वध उमर दे किन्ने ने, हथ खड़ा करो प्लीज। 16 साल तों वध सारे ही ने, चलो काउ। हुण किसी कोल ड्राइविंग लर्निंग लाइसेंस हैगा तुहाडे कोल? झूठ नहीं बोलना, छोटी जी गल ते आपां झूठ क्यों बोलना, चलो कोई गल नहीं। मैं सर लास्ट जिहड़े स्कूल च गया सी कल, उत्थे मेरे ख्याल मोर दैन 80% बाइकर सीगे जिन्हां कोल लाइसेंस है नहीं, ठीक है। तां सब तों मेन जरूरी जिद्दां तुहानूं पहलां इंजार साहब ने दस्या, ਜਿਹੜੇ ਐਲੀਜੀਬਲ ਡਰਾਈਵਰਸ ਨੇ ਜਿਨ੍ਹਾਂ ਦੀ ਏਜ ਹੋ ਗਈ ਹੈ ਕਿ ਉਹ ਲਾਇਸੈਂਸ ਬਣਾ ਸਕਦੇ ਨੇ, ਗੱਡੀ ਚਲਾ ਸਕਦੇ ਨੇ, ਉਹਨਾਂ ਕੋਲ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੈ। ਹੁਣ ਪੰਜਾਬ ਸਰਕਾਰ ਨੇ ਇਹਨੂੰ ਬਹੁਤ ਆਸਾਨ ਕਰ ਦਿੱਤਾ, ਪਤਾ ਤੁਹਾਨੂੰ, ਕਿਸੇ ਨੂੰ ਪਤਾ ਵੀ ਕਿਸ ਤਰੀਕੇ ਨਾਲ ਡਰਾਈਵਿੰਗ ਲਾਇਸੈਂਸ ਬਣਾਉਣਾ ਆਸਾਨ ਹੋ ਗਿਆ? ਤੁਸੀਂ ਘਰੇ ਬੈਠੇ ਡਰਾਈਵਿੰਗ ਲਾਇਸੈਂਸ ਬਣਾ ਸਕਦੇ ਹੋ। ਤੁਸੀਂ ਪੰਜਾਬ ਗਵਰਨਮੈਂਟ ਦੀ ਸਾਈਟ ਖੋਲੋ, ਡਰਾਈਵਿੰਗ ਲਾਇਸੈਂਸ ਵਾਲੇ ਆਪਸ਼ਨ ਚ ਜਾਓ ਤਾਂ ਤੁਸੀਂ ਆਨਲਾਈਨ ਲਰਨਿੰਗ ਲਾਇਸੈਂਸ ਬਣਾ ਸਕਦੇ ਹੋ। ਉਹਦੇ ਚ ਥੋੜੇ ਜਿਹੇ ਸਵਾਲ ਨੇ, ਉਹਨਾਂ ਦਾ ਤੁਹਾਨੂੰ ਜਵਾਬ ਦੇਣਾ ਪਏਗਾ, ਉਹਦੇ ਤੇ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਤੁਹਾਡਾ ਲਰਨਿੰਗ ਲਾਇਸੈਂਸ ਬਣ ਜਾਏਗਾ। ਤਾਂ ਸਾਡੇ ਇੰਚਾਰਜ ਸਾਹਿਬ ਇੱਥੋਂ ਵਾਲੇ ਸੰਜੈ ਜੀ ਤੁਹਾਨੂੰ ਇੱਕ ਦਿਨ ਆ ਕੇ ਅਪਲਾਈ ਕਰਨ ਵਾਸਤੇ ਦੱਸਣਗੇ, ਪ੍ਰਿੰਸੀਪਲ ਸਾਹਿਬ ਤੋਂ ਟਾਈਮ ਲੈ ਕੇ ਅਸੀਂ ਤੁਹਾਡਾ ਸਾਰਿਆਂ ਦਾ ਲਰਨਿੰਗ ਲਾਇਸੈਂਸ ਬਣਵਾ ਕੇ ਦੇਣਾ, ਠੀਕ ਹੈ। ਇਸੇ ਸੈਸ਼ਨ ਚ ਤੁਹਾਨੂੰ ਦੱਸ ਦਿਆਂਗੇ ਅਸੀਂ ਕਿ ਕਿਸ ਤਰੀਕੇ ਨਾਲ ਬਣਨਾ। ਤਾਂ ਮੇਰਾ ਇਹ ਟੀਚਾ ਕਿ ਸਾਰਾ ਸੰਗਰੂਰ ਡਿਸਟ੍ਰਿਕਟ ਹੈ ਜਿਹੜੇ ਉਹਦੇ ਕੋਲ ਸਾਰੇ ਸਕੂਲੀ ਬੱਚੇ ਨੇ ਜਿਹੜੇ 16 ਸਾਲ ਤੋਂ ਵੱਧ ਉਮਰ ਦੇ 18 ਸਾਲ ਦੀ ਉਮਰ ਪਾਰ ਕਰ ਚੁੱਕੇ ਨੇ, ਉਹਨਾਂ ਕੋਲ ਸਾਰਿਆਂ ਕੋਲ ਜਿਹੜੇ 16+ ਨੇ ਉਹਨਾਂ ਕੋਲ ਲਰਨਿੰਗ ਲਾਇਸੈਂਸ ਹੋਣ, ਤੇ ਜਿਹੜੇ 18 ਸਾਲ ਤੋਂ ਵੱਧ ਨੇ ਉਹਨਾਂ ਕੋਲ ਪੱਕੇ ਜਿਹੜੇ ਡਰਾਈਵਿੰਗ ਲਾਇਸੈਂਸ ਹੋਣ, ਅਸੀਂ ਉਹਦੇ ਤੁਹਾਡੀ ਮਦਦ ਕਰਾਂਗੇ। ਚਾਹੁੰਦੇ ਹੋ ਤੁਸੀਂ? ਕੜੀ ਨੂੰ ਫਰਦਰ ਜੇ ਆਪਾਂ ਕੈਰੀ ਕਰੀਏ ਤਾਂ ਤੁਸੀਂ ਆਪਣੇ ਸਕੂਲ ਜਿਹੜੇ ਵੀ ਆਪਣੇ ਪਿੰਡ ਦੇ ਰਹਿਣ ਵਾਲੇ ਹੋ, ਮੁਹੱਲੇ ਦੇ ਰਹਿਣ ਵਾਲੇ ਹੋ, ਉੱਥੇ ਜਿਹੜੇ ਬੱਚਿਆਂ ਕੋਲ ਜਾਂ ਜਿਹੜੇ ਤੁਹਾਡੇ ਅਡਲਟ ਚਾਚੇ ਤਾਏ ਨੇ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ, ਉਹਨਾਂ ਨੂੰ ਵੀ ਇਸ ਗੱਲ ਤੋਂ ਜਾਗਰੂਕ ਕਰਾ ਕੇ, ਤਾਂ ਮੇਰੀ ਇੱਛਾ ਕਿ ਮਹੀਨੇ ਡੇਢ ਮਹੀਨੇ ਚ ਆਪਾਂ ਸੰਗਰੂਰ ਨੂੰ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣਾਵਾਂਗੇ ਜਿਹਦੇ ਚ ਸਭ ਤੋਂ ਵੱਧ ਲੋਕਾਂ ਕੋਲ ਜਿਹੜਾ ਡਰਾਈਵਿੰਗ ਲਾਇਸੈਂਸ ਹੋਣਗੇ। ਇਸੇ ਤਰੀਕੇ ਨਾਲ ਜਿਹੜੀਆਂ ਲੜਕੀਆਂ ਵੀ ਸਾਰਿਆਂ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ। ਤਾਂ ਥੋੜ੍ਹਾ ਟਾਈਮ ਜਿਹੜੇ ਡਰਾਈਵਿੰਗ ਟ੍ਰੇਨਿੰਗ ਸਕੂਲ ਨੇ ਉਹਨਾਂ 'ਚ ਵੀ ਥੋੜ੍ਹਾ ਟਾਈਮ ਲਾਉਣਾ ਜ਼ਰੂਰੀ ਹੈ। ਤਾਂ ਜਦੋਂ ਛੁੱਟੀਆਂ ਹੁੰਦੀਆਂ ਨੇ ਤੁਹਾਡੀਆਂ, ਉਸ ਟਾਈਮ 'ਚ ਤੁਸੀਂ ਆਪਣੇ ਪੇਰੈਂਟਸ ਰਿਕੁਐਸਟ ਕਰਕੇ ਤੁਸੀਂ ਡਰਾਈਵਿੰਗ ਸਕੂਲ ਦੀਆਂ ਕਲਾਸਿਸ ਲਗਾਓ। ਅਸੀਂ ਜਿੰਨੇ ਵੀ ਡਰਾਈਵਿੰਗ ਸਕੂਲ ਨੇ ਡਿਸਟ੍ਰਿਕਟ ਦੇ ਉਹਨਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਵੀ ਜਿਹੜੇ ਸਟੂਡੈਂਟ ਡਰਾਈਵਿੰਗ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਸਪੈਸ਼ਲ ਕਨਸੈਸ਼ਨ ਦੇਣ, ਇਸ ਚੀਜ਼ ਦਾ ਵੀ ਅਸੀਂ ਕਹਿ ਦਿਆਂਗੇ, ਠੀਕ ਹੈ। ਤੇ ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ
कि वो अपना ड्राइविंग ट्रेनिंग स्कूल का खर्चा नहीं कर सकते तो वो भी सानू पर्सनली मिल सकते ने, असीं उहदा भी कोई ना कोई इंतजाम करा। तो साडा पर्पस यह है कि तुसी इस अच्छे स्कूल जितने वधिया स्कूल च पढ़ते हो तो एक वक्री पहचान बनाओ तुसी, तुहानू रोल मॉडल के तौर पर दूजे लोग भी देखण, एक वधिया इंसान बनो, एक डिसिप्लिन अनुशासित लाइफ तुसी जियो। इतना चंद गल्लां हो गईयां ट्रैफिक रिलेटेड, क्योंकि साडा अज दा विशा ही ट्रैफिक है, इस करके असीं ट्रैफिक ते ही फोकस होके कर रहे हां। इस तों अलावा वी गल्लां करांगे, एक जिहड़े रोड हादसे हुंदे ने उहनां च जिहड़े मेन कारण हुंदे ने ना, जिदां पहलां दस्सिया गया कि सड़कां बहुत लंबियां चौड़ियां बण गईयां, लेकिन जिथे अंडरपास होया उस तों अपना घर रोंग साइड ते आ, ਜੇ ਆਪਣਾ ਪਿੰਡ ਥੋੜਾ ਰੋਂਗ ਸਾਈਡ ਤੇ ਆ, ਆਪਾਂ ਜਲਦਬਾਜ਼ੀ ਕਰਦੇ ਹਾਂ, ਸ਼ਾਰਟਕੱਟ ਕਰਦੇ ਹੋਏ ਰੋਂਗ ਸਾਈਡ ਡਰਾਈਵਿੰਗ ਕਰਦੇ ਹਾਂ। ਜਦੋਂ ਵੀ ਤੁਸੀਂ ਹਾਈਵੇ ਤੇ ਜਾਓਗੇ ਜਾਂ ਦੇਖੋਗੇ ਤੁਸੀਂ, ਕੋਈ ਨਾ ਕੋਈ ਤੁਹਾਨੂੰ ਹਰ ਟਾਈਮ ਰੋਂਗ ਸਾਈਡ ਡਰਾਈਵਿੰਗ ਕਰਦਾ ਮਿਲਦਾ। ਦੂਜੀ ਸਾਈਡ ਤੇ ਕੋਈ ਆ ਰਿਹਾ ਹੁੰਦਾ, ਕੋਈ ਚੈਟਿੰਗ ਕਰਦਾ ਆ ਰਿਹਾ, ਡਰਾਈਵਰ ਫੋਨ ਤੇ ਅਕਸਰ ਆਪਾਂ ਦੇਖਦੇ ਹਾਂ ਕੋਈ ਫੋਨ ਕਰਦਾ ਆ ਰਿਹਾ ਜਾਂ ਕੋਈ ਚੈਟਿੰਗ ਕਰਦਾ ਆ ਰਿਹਾ, ਅੱਗੇ ਤੋਂ ਕੋਈ ਰੋਂਗ ਸਾਈਡ ਡਰਾਈਵਿੰਗ ਵਾਲਾ ਆ ਗਿਆ, ਉੱਥੇ ਹਾਦਸੇ ਦਾ ਸਬਬ ਬਣ ਜਾਂਦਾ। ਆਪਾਂ ਇਸ ਚੀਜ਼ ਦੀ ਆਦਤ ਹੈ ਜਿਹੜੀ ਉਹਨੂੰ ਛੱਡਣਾ ਕਿ ਆਪਾਂ ਰੋਂਗ ਸਾਈਡ ਜਾਂ ਜਿਹੜਾ ਜਲਦੀ ਪਹੁੰਚਣ ਵਾਲਾ ਰਸਤਾ ਅਖਤਿਆਰ ਨਹੀਂ ਕਰਨਾ। ਉਹ ਚੰਦ ਮਿੰਟਾਂ ਚੰਦ ਸਕਿੰਟਾਂ ਦੀ ਗਲਤੀ ਕਾਰਨ ਹੀ ਆਪਾਂ ਬਹੁਤ ਦੂਰ ਪਹੁੰਚ ਜਾਂਦੇ ਹਾਂ, ਜਿਹਦੇ ਨਾਲ ਆਪਣੇ ਪਰਿਵਾਰ ਦਾ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ। ਇੱਕ ਅਕਸਰ ਕਾਰਨ ਜਿਹੜਾ ਹਾਦਸਿਆਂ ਦਾ ਹੁੰਦਾ ਹੈ, ਚਲੋ ਤੁਸੀਂ ਉਸ ਸਟੇਜ ਤੇ ਨਹੀਂ ਹੈਗੇ, ਲੇਕਿਨ ਕਈ ਵਾਰੀ ਆਪਾਂ ਆਪਣੇ ਪੇਰੈਂਟਸ ਨੂੰ ਆਪਣੇ ਜਿਹੜੇ ਘਰ ਚ ਅਡਲਟ ਹੁੰਦੇ ਨੇ ਉਹਨਾਂ ਨੂੰ ਇਸ ਬਾਰੇ ਜਾਗਰੂਕ ਕਰ ਸਕਦੇ ਹਾਂ। ਜਦੋਂ ਘਰ ਚ ਕੋਈ ਮਾੜੀ ਖਬਰ ਆ ਗਈ ਕਿਸੇ ਸਾਈਡ ਤੋਂ ਕਿ ਸਾਡੇ ਰਿਸ਼ਤੇਦਾਰ ਨਾਲ ਕੋਈ ਹਾਦਸਾ ਹੋ ਗਿਆ, ਕੋਈ ਕੈਜੂਅਲਟੀ ਹੋ ਗਈ, ਕੋਈ ਡੈਥ ਹੋ ਗਈ, ਜਿੱਥੇ ਆਪਣਾ ਜਾਣਾ ਜ਼ਰੂਰੀ ਹੁੰਦਾ, ਤਾਂ ਉਹ ਆਪਣੇ ਤੇ ਇੱਕਦਮ ਸ਼ੌਕ ਲੱਗ ਜਾਂਦਾ। ਆਪਾਂ ਫਟਾਫਟ ਗੱਡੀ ਕੱਢਦੇ ਹਾਂ, ਚਲੋ ਚੱਲਦੇ, ਦਿਮਾਗ ਸਟ੍ਰੈਸਫੁਲ ਕੰਡੀਸ਼ਨ ਚ ਆ ਜਾਂਦਾ। ਜਦੋਂ ਆਪਾਂ ਦਿਮਾਗੀ ਤਣਾਅ ਦੀ ਸਥਿਤੀ ਚ ਜਾਂ ਅਜਿਹੇ ਹਾਲਾਤ ਚ ਡਰਾਈਵ ਕਰਦੇ ਹਾਂ ਤਾਂ ਉਹ ਵੀ ਡੇਂਜਰਸ ਹੁੰਦਾ, ਆਪਾਂ ਓਵਰ ਸਪੀਡਿੰਗ ਕਰਾਂਗੇ। ਇਹਦਾ ਹੱਲ ਕੀ ਹੈ, ਜਦੋਂ ਕੋਈ ਇਸ ਤਰੀਕੇ ਦੀ ਚੀਜ਼ ਹੋਗੀ, ਜਾਂ ਤਾਂ ਬਹੁਤ ਪੇਸ਼ੈਂਸ, ਚਲੋ ਜੋ ਹੋਣਾ ਸੀ ਹੋ ਗਿਆ, ਆਪਾਂ ਆਰਾਮ ਨਾਲ ਚੱਲੀਏ, ਜਾਂ ਤਾਂ ਆਪਣੀ ਅਪਰੋਚ ਉਹ ਹੋਵੇ, ਜਾਂ ਫਿਰ ਜੇ ਤੁਸੀਂ ਜਲਦੀ ਜਾਣਾ ਚਾਹੁੰਦੇ ਹੋ ਤਾਂ ਫਿਰ ਆਪਣਾ ਕੋਈ ਯਾਰ ਦੋਸਤ ਜਿਹਦੇ ਤੇ ਉਸ ਘਟਨਾ ਦਾ ਅਸਰ ਘੱਟ ਹੋਇਆ ਹੋਵੇ, ਜਾਂ ਫਿਰ ਕੋਈ ਪੇਡ ਡਰਾਈਵਰ ਲੈ ਲਿਆ ਜਾਵੇ। ਜੇ ਆਪਾਂ ਦੂਰ ਜਾਣਾ ਲੌਂਗ ਡਰਾਈਵ ਤੇ, ਖਾਸ ਤੌਰ ਤੇ ਆਪਾਂ ਸੋਰੀ ਅਜਿਹੇ ਹਾਲਾਤ ਚ ਟੈਂਸ਼ਨ ਚ ਜਾਂ ਸਟ੍ਰੈਸਫੁਲ ਸਟੇਟ ਆਫ ਮਾਇੰਡ ਚ ਆਪਾਂ ਗੱਡੀ ਨਹੀਂ ਚਲਾਉਣੀ ਚਾਹੀਦੀ। ਦੋਸਤਾਂ ਬਹੁਤ ਧੰਨਵਾਦੀ ਹਾਂ, ਇਹਨਾਂ ਨੇ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਮੇਰੇ ਧਿਆਨ ਵਿੱਚ ਲਿਆਂਦਾ। ਇਸ ਤੋਂ ਪਹਿਲਾਂ ਇਹ ਕੀ ਕਹਿਣਾ ਚਾਹ ਰਹੇ ਨੇ, ਮੈਂ ਤੁਹਾਨੂੰ ਇੱਕ ਇੰਸੀਡੈਂਟ ਸੁਣਾਉਣੀ ਸੁਣਾ। ਅੱਜ ਤੋਂ ਕਰੀਬ 10 ਸਾਲ ਪਹਿਲਾਂ ਮੇਰੀ ਪੋਸਟਿੰਗ ਸੀਗੀ ਦੁਰਾਹੇ, ਦੁਰਾਹ ਸੁਣਿਆ ਹੋਣਾ ਤੁਸੀਂ, ਲੁਧਿਆਣੇ ਦੇ ਨੇੜੇ ਪੈ ਜਾਂਦਾ। ਉਹਦੇ 'ਚ ਕੋਈ ਟੀਨੇਜਰ ਸੀਗੇ ਬੱਚੇ ਲੁਧਿਆਣੇ ਦੇ ਮੇਨ ਇੰਡਸਟਰੀਲਿਸਟ ਦੇ, ਅਰਲੀ ਮਾਰਨਿੰਗ ਉਹ ਸੁਪਰ ਬਾਈਕਸ ਲੈ ਕੇ ਨਿਕਲੇ। ਸੁਪਰ ਬਾਈਕ ਸਮਝਦੇ ਹੋ ਤੁਸੀਂ, ਜਿਹੜੀਆਂ ਬਹੁਤ ਹਾਈ ਸਪੀਡ 'ਤੇ ਚੱਲਦੀਆਂ, ਤਾਂ ਬਹੁਤ ਮਹਿੰਗੀਆਂ ਉਹਨਾਂ ਕੋਲ ਬਾਈਕ ਸੀਗੀਆਂ, ਤਾਂ ਬੜੀ ਸਪੀਡ 'ਤੇ ਉਹ ਜਾ ਰਹੇ ਸੀਗੇ। ਤਾਂ ਅੱਗੇ ਇੱਕ ਸੜਕ 'ਤੇ ਜਿਹੜਾ ਟਰਾਲਾ ਹਾਦਸਾਗ੍ਰਸਤ ਟਰਾਲਾ ਸੜਕ ਦੇ ਵਿਚਾਲੇ ਬੰਦ ਹੋਇਆ ਪਿਆ ਸੀ, ਉਹ ਇੰਨੀ ਸਪੀਡ 'ਚ ਉਹਦੇ 'ਚ ਵੱਜੇ
ਉਹ ਸੁਪਰ ਬਾਈਕ ਦਾ ਪੁਰਜਾ ਖਿੰਡ ਗਿਆ ਤਾਂ ਬੱਚਿਆਂ ਦਾ ਵੀ ਉਹੀ ਹਾਲ ਹੋਇਆ, ਇੰਸਟੈਂਟ ਉਹਨਾਂ ਦੀ ਮੌਕੇ 'ਤੇ ਡੈਥ ਹੋ ਗਈ। ਤਾਂ ਉਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ, ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਇਹ ਕੌਣ ਨੇ ਬੱਚੇ, ਨਾ ਉਹਨਾਂ ਦੀ ਕੋਈ ਪਛਾਣ ਹੋ ਰਹੀ ਸੀ, ਨਾ ਉਹਨਾਂ ਦਾ ਕੋਈ ਬਾਈਕ ਦਾ ਨੰਬਰ ਜਾਂ ਹੋਰ। ਬੜੀ ਮੁਸ਼ਕਲ ਅਸੀਂ ਫਿਰ ਟਰੇਸ ਕੀਤਾ ਜਦੋਂ ਉਹਨਾਂ ਦੇ ਪੇਰੈਂਟਸ ਨੂੰ ਪਤਾ ਲੱਗਾ। ਬਹੁਤ ਜ਼ਿਆਦਾ ਉਹਨਾਂ ਦਾ ਇੱਕ ਇੱਕ ਬੱਚਾ ਅੱਜ ਕੱਲ੍ਹ ਸਾਰਿਆਂ ਦਾ ਹੁੰਦਾ, ਬਹੁਤ ਮਹਿੰਗੀਆਂ ਜਾਨਾਂ ਨੇ। ਬਹੁਤ ਉਹਨਾਂ ਨੂੰ ਸ਼ੌਕ ਲੱਗਾ, ਬੜਾ ਔਖਾ ਹੋਇਆ ਸਾਡੇ ਵਾਸਤੇ ਵੀ ਕਿ ਇੱਕ ਯੰਗ ਲਾਈਫਸ ਜਿਹੜੀਆਂ ਚਲੇ ਗਈਆਂ। ਤਾਂ ਭਾਈ ਸਾਹਿਬ ਦੱਸ ਰਹੇ ਸੀਗੇ ਕਿ ਅੱਜ ਕੱਲ੍ਹ ਇਹ ਵੀ ਚੀਜ਼ ਟ੍ਰੈਂਡਿੰਗ 'ਚ ਹੈ। ਅਕਸਰ ਆਪਾਂ ਦੇਖਦੇ ਹਾਂ ਕਿ ਰੀਲਸ ਬਣਾਉਣੀ ਹੈ, ਟਿਕਟੋਕ ਬਣਾਉਣੀ ਹੈ, ਆਪਾਂ ਗੱਡੀ ਚਲਾਉਂਦੇ ਹਾਂ ਉੱਥੇ ਆਪਣਾ ਮੋਬਾਈਲ ਲਗਾ ਲੈਂਦੇ ਹਾਂ, ਉਹਦੇ 'ਚ ਦੱਸਦੇ ਹਾਂ ਵੀ ਆਹ ਦੇਖੋ ਇੰਨੀ ਸਪੀਡ 'ਤੇ ਅਸੀਂ ਭਜਾ ਰਹੇ ਹਾਂ ਗੱਡੀ। ਇਸੇ ਤਰੀਕੇ ਨਾਲ ਬਾਈਕਰਸ ਨੇ ਉਹ ਕੈਮਰਾ ਲਾ ਲੈਂਦੇ ਨੇ ਜਾਂ ਹੋਰ, ਕਿ ਫਿਰ ਦੱਸਦੇ ਵੀ ਆਹ 250 ਦੀ ਸਪੀਡ 'ਤੇ, 200 ਦੀ ਸਪੀਡ 'ਤੇ। ਆਪਣੀਆਂ ਇਹ ਰੋਡਸ ਇੰਨੀ ਸਪੀਡ ਵਰਦੀ ਨਹੀਂ ਹੈਗੀਆਂ, ਇੰਨੀ ਸਪੀਡ 'ਤੇ ਅਸੀਂ ਗੱਡੀ ਨਹੀਂ ਚਲਾ ਸਕਦੇ। ਜਿਹੜੀ ਇਹ ਯੂਜ਼ੁਅਲ ਟ੍ਰੈਫਿਕ ਹੈ, ਆਪਾਂ 80-90 ਦੀ ਸਪੀਡ ਤੋਂ ਨਹੀਂ ਚਲਾ ਸਕਦੇ, ਇੰਨੀ ਦੇਰ 'ਚ ਕੋਈ ਨਾ ਕੁਝ ਅੱਗੇ ਆ ਜਾਂਦਾ। ਐਕਸਪ੍ਰੈਸ ਵੇ 'ਤੇ ਆਪਾਂ ਲਿਮਿਟ ਦੇ ਅਕੋਰਡਿੰਗ ਗੱਡੀ ਚਲਾ ਸਕਦੇ ਹਾਂ, ਲੇਕਿਨ ਇੰਡੀਆ 'ਚ ਕੋਈ ਐਸੀ ਰੋਡ ਨਹੀਂ ਜਿੱਥੇ ਆਪਾਂ 250-300 ਦੀ ਸਪੀਡ 'ਤੇ ਗੱਡੀ ਚਲਾ ਲਈਏ। ਤਾਂ ਤੁਹਾਡੇ ਰਾਹੀਂ, ਮੀਡੀਆ ਦੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ, ਯੰਗ ਬਾਈਕਰਸ ਨੂੰ, ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਰੋਡ 'ਤੇ ਕਰਤੱਵ ਕਰਨੇ ਬੰਦ ਕਰੋ, ਰੋਡ 'ਤੇ ਕਰਤੱਵ ਨਾ ਕਰੋ, ਕਦੇ ਇਸ ਤਰੀਕੇ ਨਾਲ ਸ਼ੋਅ ਨਾ ਕਰਨਾ ਕਰੋ ਕਿ ਜਿਹਦੇ ਨਾਲ ਤੁਸੀਂ ਹਾਦਸੇ ਦਾ ਸ਼ਿਕਾਰ ਹੋ ਜਾਓ, ਅਤੇ ਸਪੀਡ ਲਿਮਿਟ 'ਚ ਰੈਗੂਲੇਸ਼ਨ ਦੇ ਅਕੋਰਡਿੰਗ ਹੀ ਡਰਾਈਵਿੰਗ ਕਰੋ। ਥੈਂਕ ਯੂ। ਜਿਸ ਤਰ੍ਹਾਂ ਤੁਹਾਨੂੰ ਆਪ ਜੀ ਨੂੰ ਪਤਾ ਹੀ ਹੈ ਕਿ 15 ਮਈ ਤੋਂ ਲੈ ਕੇ 21 ਜੁਲਾਈ ਤੱਕ ਗਲੋਬਲ ਰੋਡ ਸੇਫਟੀ ਵੀਕ ਮਨਾਇਆ ਜਾ ਰਿਹਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਅਸੀਂ 7ਵਾਂ UN ਗਲੋਬਲ ਰੋਡ ਸੇਫਟੀ ਵੀਕ ਮਨਾ ਰਹੇ ਹਾਂ। ਇਸ ਦਾ ਇੱਕੋ ਇੱਕ ਮਕਸਦ ਹੈ ਕਿ ਰੋਡ ਸੇਫਟੀ ਦੇ ਜਿਹੜੇ ਨੋਰਮਸ ਨੇ ਉਹਨਾਂ ਨੂੰ ਫੋਲੋ ਕਰਨ ਬਾਰੇ ਲੋਕਾਂ ਨੂੰ ਅਵੇਅਰ ਕੀਤਾ ਜਾਵੇ। ਤਾਂ ਸੜਕੀ ਹਾਦਸਿਆਂ 'ਚ ਜਿਹੜੀਆਂ ਹਰ ਸਾਲ ਲੱਖਾਂ ਹੀ ਬਹੁਮੁੱਲੀਆਂ ਜਾਨਾਂ ਜਾਂਦੀਆਂ ਨੇ, ਉਹਨਾਂ ਨੂੰ ਘੱਟ ਤੋਂ ਘੱਟ ਮਿਨੀਮਮ ਕੀਤਾ ਜਾਵੇ। ਬੱਚਿਆਂ ਨੂੰ ਖਾਸ ਤੌਰ 'ਤੇ ਜਿਹੜੀ ਰੋਡ ਸੇਫਟੀ ਬਾਰੇ ਅਵੇਅਰ ਕੀਤਾ ਜਾਵੇ, ਟ੍ਰੈਫਿਕ ਦੇ ਰੂਲਸ ਐਂਡ ਰੈਗੂਲੇਸ਼ਨ ਬਾਰੇ ਅਵੇਅਰ ਕੀਤਾ ਜਾਵੇ। ਇਸ ਦੇ ਤਹਿਤ ਅਸੀਂ ਪੂਰੇ ਡਿਸਟ੍ਰਿਕਟ 'ਚ ਇੱਕ ਮੁਹਿੰਮ ਚਲਾਈ ਹੋਈ ਹੈ। ਸਾਡਾ ਮਕਸਦ ਹਰ ਇੱਕ ਸਕੂਲ, ਕਾਲਜ ਜਾਂ ਹਰ ਇੱਕ ਇੰਸਟੀਟਿਊਸ਼ਨ 'ਚ ਜਾ ਕੇ ਅਤੇ ਉੱਥੇ ਲੋਕਾਂ ਨੂੰ ਜਾਂ ਬੱਚਿਆਂ ਨੂੰ ਰੋਡ ਸੇਫਟੀ ਬਾਰੇ ਅਵੇਅਰ ਕਰਾਉਣਾ। ਸਰ, ਜਿਵੇਂ ਅੱਜ ਕੱਲ੍ਹ ਤੁਸੀਂ ਆਪਣੇ ਭਾਸ਼ਣ ਦੇ ਮਾਧਿਅਮ ਨਾਲ ਬੱਚਿਆਂ ਨੂੰ ਸੰਬੋਧਨ ਕੀਤਾ ਕਿ ਬੱਚੇ ਬੁਲਟ ਤਾਂ ਲੈਂਦੇ, ਪਟਾਕੇ ਮਾਰਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਅਸੀਂ ਜਿਸ ਤਰ੍ਹਾਂ ਸਾਡੇ ਟ੍ਰੈਫਿਕ ਐਜੂਕੇਸ਼ਨ ਸੈੱਲ ਵਾਲੇ ਇੰਚਾਰਜ ਸਾਹਿਬ ਨੇ ਵੀ ਦੱਸਿਆ ਕਿ ਸਭ ਤੋਂ ਪਹਿਲਾਂ ਐਜੂਕੇਸ਼ਨ, ਅਵੇਅਰਨੈਸ, ਤਾਂ ਉਸ ਤੋਂ ਬਾਅਦ ਐਨਫੋਰਸਮੈਂਟ। ਅਸੀਂ ਅੱਜ ਬੱਚਿਆਂ ਨੂੰ ਵੀ ਇੱਥੇ ਵੀ ਦੱਸ ਦਿੱਤਾ ਵੀ 1-1.5 ਮਹੀਨੇ ਦਾ ਟਾਈਮ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਕਿ ਸਾਰਿਆਂ ਕੋਲ ਡਰਾਈਵਿੰਗ ਲਾਇਸੈਂਸ ਹੋਣ ਜਿਹੜੇ ਐਲੀਜੀਬਲ ਨੇ। ਜੇ ਉਹਨਾਂ ਕੋਲ ਲਰਨਿੰਗ ਲਾਇਸੈਂਸ ਲਈ ਐਲੀਜੀਬਲ ਨੇ ਤਾਂ ਲਰਨਿੰਗ ਲਾਇਸੈਂਸ ਹੋਣਾ ਚਾਹੀਦਾ, ਜੇ ਮਤਲਬ ਅਡਲਟ ਨੇ ਤਾਂ ਉਹਨਾਂ ਕੋਲ ਜਿਹੜਾ ਲਾਇਸੈਂਸ ਹੋਣਾ ਚਾਹੀਦਾ। ਲੇਕਿਨ ਜੇਕਰ ਕੋਈ ਟ੍ਰੈਫਿਕ ਦੀ ਵਾਇਲੇਸ਼ਨ ਕਰਦਾ, ਜਿਸ ਤਰ੍ਹਾਂ ਹੁਣ ਅਸੀਂ ਸਪੈਸ਼ਲ ਡਰਾਈਵ ਚਲਾਈ ਹੋਈ ਹੈ ਸੰਗਰੂਰ 'ਚ, ਜਿਹੜਾ 17 ਸੈਕਟਰ ਜਿਹਨੂੰ ਕਹਿ ਦਿੰਦੇ ਨੇ, ਉੱਥੇ ਆਮ ਤੌਰ 'ਤੇ ਸ਼ਿਕਾਇਤ ਜਿਹੜੀ ਤੁਸੀਂ ਦੱਸੀ ਹੈ ਪਟਾਕੇ ਮਾਰਨ ਵਾਲੀ, ਉਹਦੇ 'ਤੇ ਅਸੀਂ ਸਪੈਸ਼ਲ ਡਰਾਈਵ ਚਲਾਈ ਹੋਈ ਹੈ। ਅਸੀਂ ਡੇਲੀ ਉਹਨਾਂ 'ਤੇ ਕਾਰਵਾਈ ਕਰ ਰਹੇ ਹਾਂ। ਅਸੀਂ ਇਸ ਤਰ੍ਹਾਂ ਦੇ ਓਫੈਂਡਰ ਨਾਲ ਬੜੀ ਸਖਤੀ ਨਾਲ ਪੇਸ਼ ਆਵਾਂਗੇ। ਤੁਹਾਡੇ ਵੱਲੋਂ ਕੋਈ ਉਪਰਾਲਾ ਕੀਤਾ ਡਰਾਈਵਿੰਗ ਲਾਇਸੈਂਸ ਬਣਾਉਣ ਵਾਸਤੇ ਬੱਚਿਆਂ ਨੂੰ? ਅਸੀਂ, ਸਾਡਾ ਟੀਚਾ ਹੈ ਕਿ ਅਸੀਂ 1-1.5 ਮਹੀਨੇ ਦੇ ਅੰਦਰ ਅੰਦਰ ਸੰਗਰੂਰ ਡਿਸਟ੍ਰਿਕਟ 'ਚ ਸਕੂਲਾਂ 'ਚ ਜਿਹੜੇ ਬੱਚੇ ਨੇ ਜਿਹੜੇ ਐਲੀਜੀਬਲ ਨੇ ਡਰਾਈਵਿੰਗ ਲਾਇਸੈਂਸ ਲਈ ਜਾਂ ਡਰਾਈਵਿੰਗ ਲਰਨਿੰਗ ਲਾਇਸੈਂਸ ਲਈ, ਉਹਨਾਂ ਸਾਰਿਆਂ ਨੂੰ ਅਸੀਂ ਡਰਾਈਵਿੰਗ ਲਾਇਸੈਂਸ ਬਣਾਉਣ ਵਿੱਚ ਹੈਲਪ ਕਰਾਂਗੇ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ, ਪੰਜਾਬ ਗੌਰਮੈਂਟ ਵੱਲੋਂ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਕਿ ਤੁਸੀਂ ਘਰੇ ਬੈਠੇ ਡਰਾਈਵਿੰਗ ਲਾਇਸੈਂਸ ਅਪਲਾਈ ਕਰ ਸਕਦੇ ਹੋ। ਉਹਦੇ ਬਾਰੇ ਅਸੀਂ ਸਾਰੇ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਅਵੇਅਰ ਕਰ ਰਹੇ ਹਾਂ। ਦੇਖੋ, ਦੂਰੀ DSP ਮਿਸਟਰ ਸੁਖਦੇਵ ਸਿੰਘ ਜੀ ਆਪਣੇ ਸਕੂਲ 'ਚ ਆਏ, ਉਹਨਾਂ ਨੇ ਬੱਚਿਆਂ ਨੂੰ ਡਰਾਈਵਿੰਗ ਕੈਸੀ ਕਰਨੀ ਚਾਹੀਦੀ ਉਹਦੇ ਬਾਰੇ 'ਚ ਬਹੁਤ ਮੋਟੀਵੇਸ਼ਨਲ ਲੈਕਚਰ ਦਿੱਤਾ। ਉਹਦੇ 'ਚ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਸੇ ਡਰਾਈਵਿੰਗ ਲਾਇਸੈਂਸ ਬਣਦੇ ਹੈ, ਟ੍ਰੈਫਿਕ ਰੂਲਸ ਕਿਸ ਤਰ੍ਹਾਂ ਸੇ ਆਪਾਂ ਨੂੰ ਫੋਲੋ ਕਰਨ ਚਾਹੀਏ।
जिन्हों की उम्र 16 साल तो घट है उन्होंने लिए किस तरह के जो रूल्स रेगुलेशंस बने और जो 18 साल के बच्चे हैं जो अडल्ट में आते हैं उन्होंने लिए ड्राइविंग लाइसेंस कैसे बनता। नाल ही मैं कहूँगा कि जो अपने DSP धूरी साहब जो आए इन्होंने बच्चों मोटिवेट करता और हादसे की गंभीरता इन्नी सहयोजना बताई ताकि वो जो है वो अपनी ड्राइविंग कर देवे इन्होंने फॉलो करें।